ਦੱਲੇ ਦੁੱਖ ਇਸ ਗੱਲ ਦਾ ਵੀ ਮੈਨੂੰ ਆਪਣੇ ਆਪ ਤੇ ਵੀ ਸਾਨੂੰ ਲਾਂਤਾਂ ਪਾਣੀਆਂ ਚਾਹੀਦੀਆਂ ਨੇ ਭਾਈ ਜਗਰਾਦ ਸਿੰਘ ਤੂਫਾਨ ਨੂੰ ਕੌਮ ਭੁੱਲੀ ਐ ਜੇ ਜਗਰਾਦ ਸਿੰਘ ਤੂਫਾਨ ਨਹੀਂ ਨਾ ਭੁੱਲਿਆ ਤੇ ਭਾਈ ਦੀਪ ਸਿੱਧੂ ਵੀ ਨਹੀਂ ਭੁੱਲੇਗਾ ਆਜਵਾਜ ਆਜਵਾਜ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ ਮੈਂ ਆ ਤੁਹਾਡੇ ਨਾਲ ਸੀਰਤ ਸੰਧੂ ਅਸੀਂ ਇਸ ਵੇਲੇ ਫਤਿਹਗੜ੍ਹ ਸਾਹਿਬ ਮਨਜੂਦਾਂ ਇੱਥੇ ਦੀਪ ਸਿੱਧੂ ਦੀ ਅੰਤਿਮ ਅਰਦਾਸ ਦੇ ਲਈ ਬੜੇ ਬੜਾ ਭਾਰੀ ਇਕੱਠ ਇਕੱਠਾ ਹੋਇਆ ਸਾਡੇ ਨਾਲ ਮੌਜੂਦ ਨੇ ਪਰਵਾਨਾ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਬਾ ਜੀ ਸਤਿ ਸ਼੍ਰੀ ਅਕਾਲ ਭੈਣੇ ਬਾਬਾ ਜੀ ਬੜਾ ਪਿਆਰ ਮਿਲ ਰਿਹਾ ਕਿਸੇ ਟਾਈਮ ਉਹਨਾਂ ਨੂੰ ਜਿਉਂਦੇ ਜੀ ਗद्दार ਕਿਹਾ ਜਾਂਦਾ ਸੀ ਅੱਜ ਇੰਨਾ ਇਕੱਠ ਇਕੱਠਾ ਹੋਇਆ ਇਹਨੇ ਨੌਜਵਾਨ ਹੋਏ ਆ ਇਕੱਠੇ ਕੀ ਕਹਿਣਾ ਚਾਹੂਂਗੇ ਮੈਨੂੰ ਲੱਗਦਾ ਵੀ ਇਹ ਸਵਾਲ ਦਾ ਜਵਾਬ ਇਕੱਠ ਹੀ ਹੈ ਕੀ ਕਹਿਣਾ ਚਾਹੋਗੇ ਇੰਨਾ ਪਿਆਰ ਮਿਲ ਰਿਹਾ ਪਰ ਗੱਲ ਦੁੱਖ ਇਸ ਗੱਲ ਦਾ ਵੀ ਮੈਨੂੰ ਆਪਣੇ ਆਪ ਤੇ ਵੀ ਸਾਨੂੰ ਲਹਨਤਾਂ ਪਾਣੀਆਂ ਚਾਹੀਦੀਆਂ ਨੇ ਸਾਡੀ ਕੌਮ ਨੂੰ ਵੀ ਆਪਣੇ ਆਪ ਤੇ ਪਾਣੀਆਂ ਚਾਹੀਦੀਆਂ ਨੇ ਵੀ ਅਸੀਂ ਮਰਿਆਂ ਦਾ ਮੁੱਲ ਪਾਉਂਦੇ ਆ ਜਿਉਂਦਿਆਂ ਜੀ ਅਸੀਂ ਕਿਸੇ ਨੂੰ ਕਦਰ ਜਿਹੜੀ ਹੈ ਨਹੀਂ ਜਾਣਦੇ ਸ਼ਾਇਦ ਇਸ ਘਾੜ ਤੋਂ ਬਾਅਦ ਜਿਹੜੀ ਦੀਪ ਸਿੱਧੂ ਦੀ ਸਾਨੂੰ ਸਰੀਰਕ ਤੌਰ ਤੇ ਘਾੜ ਜਿਹੜੀ ਹੁਣ ਸਾਨੂੰ ਮਹਿਸੂਸ ਹੋ ਰਹੀ ਹੈ ਸ਼ਾਇਦ ਇਸ ਘਾੜ ਤੋਂ ਬਾਅਦ ਸ਼ਾਇਦ ਅਜੀ ਵੀ ਕੁਝ ਸਿੱਖ ਜਾਈ ਅਸੀਂ ਵੀ ਜਿਉਂਦੇ ਜੀ ਸਾਡੇ ਵਾਸਤੇ ਜੇ ਕੌਮ ਵਾਸਤੇ ਕੋਈ ਤੁਰਦਾ ਤੇ ਉਹਦੇ ਨਾਲ ਅਸੀਂ ਕਿਵੇਂ ਸਪੋਰਟ ਕਰਨੀ ਹੈ ਸੋ ਇਹ ਭਾਈ ਦੀਪ ਸਿੱਧੂ ਕੀ ਸੀ ਲੋਕੀ ਕੀ ਕਹਿੰਦੇ ਸੀ ਮਤਲਬ ਮੈਨੂੰ ਲੱਗਦਾ ਨਹੀਂ ਇਹ ਗੱਲਾਂ ਕਰਨ ਦਾ ਕੋਈ ਆਪਾਂ ਨੂੰ ਫਾਇਦਾ ਹੈ ਕਿਉਂਕਿ ਆ ਜਿਹੜੀ ਚੀਜ਼ ਦੀਪ ਸਿੱਧੂ ਆਪ ਅੱਖੀਂ ਵੇਖਣਾ ਚਾਹੁੰਦਾ ਸੀ ਉਹ ਸਾਨੂੰ ਦਿਖਾ ਕੇ ਗਿਆ ਮਤਲਬ ਇਹ ਚੀਜ਼ ਜਿਹੜੀ ਸੀ ਨਾ ਵੀ ਕੌਮ ਇਕੱਠੀ ਹੋਵੇ ਪੰਥ ਇਕੱਠਾ ਹੋਵੇ ਯੂਥ ਇਕੱਠਾ ਹੋਵੇ ਇਹ ਚੀਜ਼ ਉਹ ਵੇਖਣੀ ਚਾਹੁੰਦਾ ਸੀ ਉਹਨਾਂ ਦੀ ਹਾਂਜੀ ਉਹਨਾਂ ਦੀ ਸੋਚ ਨੂੰ ਜਿਉਂਦਾ ਰੱਖਣ ਦੀਆਂ ਗੱਲਾਂ ਹੋ ਰਹੀਆਂ ਐ ਤਾਂ ਨਹੀਂ ਕਿ 4 ਦਿਨ ਇਕੱਠ ਹੋਇਆ ਤੇ ਫਿਰ 5ਵੇਂ ਦਿਨ ਸਾਰੇ ਭੁੱਲ ਗਿਆ ਆਪੋ ਆਪਣੀ ਘਰੀ ਮੁੰਡਾ ਗਿਆ ਮਾ ਦਾ ਗਿਆ ਭਰਾ ਗਿਆ ਭੈਣ ਦਾ ਗਿਆ ਭਰਾ ਦਾ ਗਿਆ ਘਰੋ ਘਰੀ ਆਪਣੇ ਪਰਿਵਾਰ ਦਾ ਗਿਆ ਤੀਜਾ ਤਾਂ ਆਪੋ ਆਪਣੇ ਘਰੀ ਵੜ ਜੂਗਾ ਭਾਈ ਜਗਰਾਤ ਸਿੰਘ ਤੂਫਾਨ ਨੂੰ ਕੌਮ ਭੁੱਲੀ ਹੈ ਮੈਨੂੰ ਤੁਸੀਂ ਕੁਸ ਤੁਸੀਂ ਜਾਂਦੇ ਹੋ ਜਗਰਾਤ ਸਿੰਘ ਤੂਫਾਨ ਤੁਹਾਨੂੰ ਪਤਾ ਹਾਂਜੀ ਹਾਂਜੀ ਤੁਸੀਂ ਜਾਂਦੇ ਹੋ ਜਗਰਾਤ ਸਿੰਘ ਤੂਫਾਨ ਨੂੰ ਬਿਲਕੁਲ ਜਾਂਦੇ ਹੋ ਹਾਂਜੀ ਜਾਂਦੇ ਜੇ ਜਗਰਾਤ ਸਿੰਘ ਤੂਫਾਨ ਨਹੀਂ ਨਾ ਭੁੱਲਿਆ ਤੇ ਬਾਈ ਦੀਪ ਸਿੱਧੂ ਵੀ ਨਹੀਂ ਭੁੱਲੇਗਾ ਆ ਜਵਾਬ ਆ ਜਵਾਬ ਜਿਵੇਂ ਉਹਨਾਂ ਦੇ ਸ਼ਰੀਰਕ ਤੌਰ ਤੇ ਜਾਨ ਨਾਲ ਕੌਮ ਨੂੰ ਜਿਹੜਾ ਘਾਟਾ ਹੋਇਆ ਤਾਂ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਦੀਪ ਸਿੱਧੂ ਦੇ ਜਾਨ ਨਾਲ ਹੋਰ ਦੀਪ ਸਿੱਧੂ ਪੁੰਗਰੇ ਆ ਅਹ ਦੀਪ ਸਿੱਧੂ ਦੇਖੋ ਘਾਟਾ ਸਾਨੂੰ ਤਾਂ ਲੱਗਦਾ ਵੀ ਅਸੀਂ ਮੈਨੂੰ ਲੱਗਦਾ ਵੀ ਇਹ ਹਰ ਇੱਕ ਇਨਸਾਨ ਦੀ ਸੋਚ ਹੁੰਦੀ ਆ ਵੀ ਕਿਤੇ ਸਾਲ ਦੋ ਸਾਲ ਹੋਰ ਜੀ ਜਾਂਦਾ ਬੜਾ ਕੁਝ ਕਰ ਜਾਂਦਾ ਸੋਚਦੇ ਆ ਪਰ ਮੈਂ ਕਹਿੰਨਾ ਵੀ ਜਿਹੜੇ ਜਿਹੜੇ ਯੋਧੇ ਜਿਹੜੇ ਸ਼ਹੀਦ ਹੁੰਦੇ ਨੇ ਅਸਲ ਦੇ ਵਿੱਚ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਸੰਸਾਰ ਦੇ ਵਿੱਚ ਜਾਣ ਤੋਂ ਬਾਅਦ ਸ਼ੁਰੂ ਹੁੰਦੀ ਹੈ ਸੂਰਮਿਆਂ ਦੀ ਜਿਹੜੀ ਜ਼ਿੰਦਗੀ ਆ ਉਹਨਾਂ ਦੇ ਸੰਸਾਰੀਰ ਕਰਕੇ ਜਦੋਂ ਸੰਸਾਰ ਤੋਂ ਚਲੇ ਜਾਂਦੇ ਨੇ ਦੀਪ ਸਿੱਧੂ ਨੂੰ ਜਿਹਨਾਂ ਲੋਕਾਂ ਨੇ ਨਹੀਂ ਸੁਣਿਆ ਜਿਹੜੇ ਲੋਕ ਉਹਦੀ ਵਿਰੋਧਤਾ ਕਰਦੇ ਸੀ ਉਹ ਅੱਜ ਉਹਨੂੰ ਸੁਣ ਰਹੇ ਨੇ ਉਹ ਸੁਣ ਕੇ ਉਹਨਾਂ ਦੀ ਸੋਚ ਜਿਹੜੀ ਚੇਂਜ ਹੋ ਰਹੀ ਆ ਔਰ ਜਿਹੜੇ ਵਿਰੋਧਤਾ ਤੋਂ ਬਾਅਦ ਕਿਸੇ ਦੇ ਹੱਕ ਵਿੱਚ ਆ ਜਾਣ ਨਾ ਵਿਰੋਧਤਾ ਕਰਨ ਦੇ ਵਿੱਚ ਹੱਕ ਵਿੱਚ ਆ ਜਾਣ ਸੱਤ ਜਾਣਿਓ ਉਹ ਬਦਲਾਅ ਜ਼ਰੂਰ ਲੈ ਕੇ ਆਉਂਦੇ ਨੇ ਸਾਡੇ ਵਾਲੇ ਕਿਤੇ ਪਿਛੱਕੇ ਰਹਿ ਜਾਣ ਉਹ ਪਿੱਛੇ ਨਹੀਂ ਰਹਿਣਗੇ ਵਾਹਿਗੁਰੂ ਜੀ ਖਾਲਸਾ ਬਦਲਾਅ ਆਊਗਾ ਬਿਲਕੁਲ ਆਊਗਾ ਜੀ ਹਾਂਜੀ ਮਤਾ ਜੀ ਦਾ ਬਦਲਾਅ ਆਊਗਾ ਇੱਕ ਮਿੰਟ ਬਦਲਾਅ ਪਤਾ ਕੀ ਹੈ ਬਦਲਾਅ 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 ਇਹ ਆ ਬਦਲਾਅ ਇਹ ਆ ਅਸੀਂ ਇੱਕੋ ਗੱਲ ਚਾਹੁੰਦੇ ਹਾਂ ਵੀ ਹੁਣ ਸਾਡੀ ਜਿਹੜੀ ਲੜਾਈ ਆ ਉਹ ਕਲਮ ਨਾਲ ਵਿਚਾਰਾਂ ਦੀ ਹਥਿਆਰਾਂ ਦੀ ਲੜਾਈ ਦਾ ਵੀ ਜੇ ਇੱਕ ਸਮਾਂ ਆ ਗਿਆ ਪਿੱਛੇ ਨਹੀਂ ਜੇ ਆਗੇ ਗੱਲ ਤੁਹਾਨੂੰ ਕਲੀਅਰ ਸਪਸ਼ਟ ਠਕਰਾਂ ਚ ਕਹਿ ਦਈਏ ਪਿੱਛੇ ਕੋਈ ਨਹੀਂ ਜੇ ਆ ਗਿਆ ਸੀ ਜੇ ਮਾਰਨ ਸਮਾਂ ਦਿੱਤਾ ਮੌਕਾ ਦਿੱਤਾ ਤੇ ਕੌਮ ਹਰ ਇੱਕ ਵਿਸ਼ੇ ਤੇ ਤਿਆਰ ਰਹਿੰਦੀ ਆ ਪਰ ਇਸ ਸਮੇਂ ਜੋ ਬਾਈ ਦੀਪ ਸਿੱਧੂ ਮਿੱਕੋ ਗੱਲ ਕਾਵਾਂਗਾ ਤੁਸੀਂ ਆਜ਼ਾਦ ਹਸਤੀ ਦੇ ਮਾਲਕ ਹੋ ਤੁਸੀਂ ਆਜ਼ਾਦ ਸੋਚ ਦੇ ਮਾਲਕ ਹੋ ਤੁਸੀਂ ਆਜ਼ਾਦ ਦੇਸ਼ ਦੇ ਮਾਲਕ ਹੋ ਤੁਸੀਂ ਆਪਣੀ ਸੋਚ ਤੁਹਾਡਾ ਇਹ ਜਿਹੜਾ ਸਰੂਪ ਹੈ ਨਾ ਇਹ ਆਪਣੇ ਆਪ ਚ ਇੱਕ ਆਜ਼ਾਦ ਕੌਮ ਦਾ ਇਹ ਇਹ ਚਿੰਨ੍ਹ ਇਹ ਹੋਂਦ ਹੈ ਤੁਹਾਡੀ ਸੋ ਇਸ ਚੀਜ਼ ਨੂੰ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹਣਾ ਲੇ ਇਸ ਚੀਜ਼ ਨੂੰ ਫੀਲ ਕਰੋ ਫਿਰ ਸਮਝ ਆਏਗੀ ਵੀ ਇਹ ਇੱਕ ਕੌਮ ਕੀ ਆ ਪੰਥ ਕੀ ਹੈ ਬਾਬਾ ਜੀ ਜਿਵੇਂ ਦੀਪ ਸਿੱਧੂ ਸੀਗੇ ਸਿਰਫ 37 ਸਾਲਾਂ ਦੇ ਸੀ ਸੀ ਨਹੀਂ ਹੈਗਾ ਹੁਣ ਵੀ ਹੈਗੇ ਪਰ ਫਿਰ ਵੀ ਉਹਨਾਂ ਦੀ ਸੋਚ ਜਿਹੜੀ ਸੀ ਬੜੀ ਵੱਡੀ ਸੀ ਬੜੀ ਗਾਂ ਵਧੂ ਸੋਚਦੇ ਸੀਗੇ ਪਰ ਅੱਜ ਕੱਲ ਦਾ ਜੇ ਨੌਜਵਾਨ ਦੇਖੀਏ ਉਹ ਉਦਾਂ ਦਾ ਹੈ ਹੀ ਨਹੀਂ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਗੱਲ ਇਦਾਂ ਵੀ ਦੀਪ ਸਿੱਧੂ ਵੀ ਕੋਈ ਇੱਕਦਮ ਤਾਂ ਇਹ ਨਹੀਂ ਵੀ ਬਚਪਨ ਤੋਂ ਹੀ ਜੰਮਿਆ ਟਿੱਡੋਂ ਸਿੱਖਿਆ ਉਹ ਤਾਂ ਖੇਡ ਵਾਪਰੀ ਤੇ ਇੱਕ ਸਾਲ ਦੇ ਵਿੱਚ ਬਦਲਾ ਕਰ ਗਿਆ ਤੇ ਸਮੇਂ ਦਾ ਨਹੀਂ ਪਤਾ ਹੁੰਦਾ ਵੀ ਤੁਸੀਂ ਕਹਿੰਦੇ ਹੋ ਹੁਣ ਹੁਣ ਮੈਂ ਇਹਦੇ ਦਿਮਾਗ ਨਾਲ ਤੇ ਪੜ੍ਹ ਨਹੀਂ ਸਕਦਾ ਨਾ ਮੈਂ ਇਹਦਾ ਦਿਮਾਗ ਪੜ੍ਹ ਸਕਦਾ ਇਹ ਤਾਂ ਕੋਈ ਰੱਬੀ ਰੂਹ ਹੁੰਦੀ ਹੈ ਜਿਹੜੀ ਪੜ੍ਹ ਸਕੇ ਹੈਨਾ ਸੋ ਇਸ ਕਰਕੇ ਸਮੇਂ ਦਾ ਨਹੀਂ ਪਤਾ ਹੁੰਦਾ ਵੀ ਹੁਣ ਆ ਖੜਿਆ ਨੌਜਵਾਨ ਆ ਖੜਿਆ ਕੀ ਪਤਾ ਹੀ ਆਨਲ ਸਮੇਂ ਦੇ ਵਿੱਚ ਕਿਤੇ ਉਦਾਂ ਦੀ ਕੁਰਬਾਨੀ ਉਦਾਂ ਦਾ ਯੁਝਾਰੂਪਨ ਕਰ ਜਾਵੇ। ਸੋ ਸਮੇਂ ਦਾ ਨਹੀਂ ਪਤਾ ਹੁੰਦਾ ਕਿਹਦੇ ਅੰਦਰ ਕਿਹੜੀ ਚਿੰਗ ਲੱਗ ਜਾਵੇ ਤੇ ਕਦੋਂ ਭਾਂਬੜ ਬਣ ਕੇ ਉਹ ਫਟ ਗਏ। ਧੰਨਵਾਦ ਜੀ। ਵਾਹਿਗੁਰੂ ਜੀ ਖਾਲਸਾ ਠੀਕ ਹੈ ਭੈਣ। ਤਾਂ ਇਹ ਸੀਗੇ ਸਾਡੇ ਨਾਲ ਪਰਵਾਣਾ ਜੀ ਇਹ ਕਹਿ ਰਹੇ ਨੇ ਕਿ ਦੀਪ ਸਿੱਧੂ ਸਾਡੇ ਚੋਂ ਗਏ ਨਹੀਂ ਸਾਡੇ ਚ ਹੈਗੇ ਤੇ ਨੌਜਵਾਨਾਂ ਲਈ ਹੋਰ ਨਵੀਂ ਸੇਧ ਲੈ ਕੇ ਆਉਣਗੇ ਆਉਣ ਵਾਲੇ ਟਾਈਮ ਵਿੱਚ ਤੇ ਨੌਜਵਾਨ ਸਾਰੇ ਉਹਨਾਂ ਦਾ ਸਾਥ ਦੇਣਗੇ। ਕੈਮਰਾਮੈਨ ਮਨਪ੍ਰੀਤ ਦੇ ਨਾਲ ਸੀਰਤ ਸੰਧੂ ਸਤਿ ਸ਼੍ਰੀ ਅਕਾਲ।